ਹਾਂਜੀ, ਮੇਰਾ ਨਾਮ ਸੁਖੀ ਵਾਜਾ ਜੀ, ਮੈਂ ਵੈਨਕੂਵਰ ਦੇ ਵਿੱਚ ਰਹਿੰਦਾ ਹਾਂ ਅਤੇ ਹਾਂਜੀ ਪਿੰਡ ਤਾਰਾ ਦੇ ਵਿੱਚ ਇਹ ਸਾਡਾ 6ਵਾਂ ਸਾਲਾਨਾ ਕੈਂਪ ਆ। ਅਸੀਂ 7 ਮੈਂਬਰ ਹਾਂ, 7 ਦੋਸਤ ਹਾਂ ਜਿਹੜੇ ਰਲ ਕੇ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਜਗ੍ਹਾ 'ਤੇ ਸਾਰਾ ਹਰ ਸਾਲ ਕੈਂਪ ਲਾਉਂਦੇ ਹਾਂ। ਇਸ ਸੀਜ਼ਨ ਦਾ ਇਹ ਸਾਡਾ ਆਖਰੀ ਕੈਂਪ ਆ ਜਿਹਦਾ 25ਵਾਂ ਕੈਂਪ ਆ। ਅਸੀਂ ਬੜਾ ਫਖਰ ਮਹਿਸੂਸ ਕਰਦੇ ਹਾਂ ਕਿ ਸਾਰੇ ਪਿੰਡਾਂ ਵਾਲੇ ਸਾਰੇ ਪੰਜਾਬ ਦੇ ਵਿੱਚ ਸਾਨੂੰ ਬੜਾ ਸਹਿਯੋਗ ਦਿੰਦੇ ਨੇ। ਖਾਸ ਕਰ ਇਸ ਕੈਂਪ ਦੇ ਵਿੱਚ ਮੇਰਾ ਪਰਿਵਾਰ, ਮੇਰੀਆਂ ਭੈਣਾਂ, ਮੇਰੇ ਭਾਣਜੇ, ਉਹਨਾਂ ਦੇ ਬੜੇ ਧੰਨਵਾਦੀ ਹਾਂ ਜਿਨ੍ਹਾਂ ਨੇ ਬੜਾ ਹੀ ਮੈਨੂੰ ਸਹਿਯੋਗ ਦਿੱਤਾ ਹੈ। ਬਾਕੀ ਪਿੰਡ ਵਾਲਿਆਂ ਦਾ, ਸਾਰੇ ਮੀਡੀਆ ਦਾ ਜਿਹੜਾ ਬੜੀ ਚੰਗੀ ਤਰ੍ਹਾਂ ਕਵਰੇਜ ਦੇ ਰਹੇ ਨੇ, ਇਹਨਾਂ ਸਾਰਿਆਂ ਦੇ ਅਸੀਂ ਬਹੁਤ ਧੰਨਵਾਦੀ ਹਾਂ। ਅਤੇ ਆਉਣ ਵਾਲੇ ਸਾਲ ਹਰ ਸਾਲ ਦੀ ਤਰ੍ਹਾਂ ਫਰਵਰੀ ਮਹੀਨੇ ਦੇ ਵਿੱਚ ਕੈਂਪ ਹੁੰਦਾ ਹੈ। ਅਤੇ ਹੁਣ ਤੋਂ ਹੀ ਸਾਰਿਆਂ ਸਰੋਤਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਮੋਹਲੇ ਸਾਲ ਫਰਵਰੀ ਦੇ ਮਹੀਨੇ ਪਤਾਰੇ ਪਿੰਡ ਵਿੱਚ ਫਿਰ ਇੱਕ ਕੈਂਪ ਹੋਵੇਗਾ ਅਤੇ ਜ਼ਰੂਰ ਪਹੁੰਚਣਾ। ਮੈਂ ਡਾਕਟਰ ਸੰਜੀਵ ਦੁੱਗਲ, ਦੁੱਗਲ ਹਸਪਤਾਲ ਤੋਂ, ਇੱਥੇ ਪਿਛਲੇ 3-4 ਸਾਲਾਂ ਤੋਂ ਕੈਂਪ ਲਗਾਉਂਦਾ ਆ ਰਿਹਾ ਹਾਂ। ਹਰ ਸਾਲ ਇੱਥੇ ਆਲਮੋਸਟ 1500 ਤੋਂ 2000 ਦੇ ਮਰੀਜ਼ਾਂ ਦਾ ਅੱਖਾਂ ਦਾ ਮੁਆਇਨਾ ਕੀਤਾ ਜਾਂਦਾ ਹੈ ਅਤੇ ਆਲਮੋਸਟ 500 ਦੇ ਲਾਗੇ ਛਾਗੇ ਆਪਰੇਸ਼ਨ ਕੀਤੇ ਜਾਂਦੇ ਹਨ। ਜਿੰਨੇ ਵੀ ਆਪਰੇਸ਼ਨ ਹੁੰਦੇ ਹਨ ਇਹ ਸਾਰੇ ਲੇਟੈਸਟ ਤਕਨੀਕ ਨਾਲ ਬਿਨਾਂ ਟੀਕਾ ਟਾਂਗਾ ਪੱਟੀ ਤੋਂ ਕੀਤੇ ਜਾਂਦੇ ਹਨ। ਇਹ ਕੈਂਪ ਹਰ ਸਾਲ ਮਾਤਾ ਸੁਰਜੀਤ ਕੌਰ, ਸਪਤਨੀ ਸਰਦਾਰ ਅਮਰੀਕ ਸਿੰਘ ਦੀ ਯਾਦ ਵਿੱਚ ਲਗਾਇਆ ਜਾਂਦਾ ਹੈ। ਹਾਂਜੀ, ਅਤੇ ਮਿਸਟਰ ਸੁਖੀ ਜੀ ਹਰ ਸਾਲ ਉਹਨਾਂ ਦੀ ਯਾਦ ਵਿੱਚ ਇਹ ਵਾਲਾ ਕੈਂਪ ਲਗਾਉਂਦੇ ਹਨ।